ਇਹ ਰੇਗਿਸਤਾਨ ਹੈ ਤੇ ਇਹਦੇ ਵਿੱਚ ਕਿਸ ਨੇ ਸੁਪਨਾ ਵੇਖਿਆ ਸੀ ਕਿ ਮੈਂ ਜੰਗਲ ਲਾਉਂਗਾ ਤੇ ਦੁਨਗਾਂ ਦੀਆਂ ਸਭ ਤੋਂ ਉੱਚੀਆਂ ਸਭ ਤੋਂ ਮਹਿੰਗੀਆਂ ਇਮਾਰਤਾਂ ਬਣਾਉਂਗਾ ਇਹ ਜਗਾ ਜਿਹੜੀ ਦੇਖ ਰਹੇ ਹੋ ਇਹ ਦੱਬਈ ਹੈ ਦੱਬਈ ਦੇ ਵਿੱਚ ਇੱਕ ਇੱਕ ਦਰਖਤ ਲਾਉਣ ਵਾਸਤੇ ਸ਼ੇਖਾ ਨੇ ਕਰੋੜਾਂ ਰੁਪਏ ਲਾਤਾ ਦੁਨਗਾਂ ਦੀ ਸਭ ਤੋਂ ਲੇਟੈਸਟ ਟੈਕਨੋਲੋਜੀ ਲਿਆਂਦੀ ਇਹੋ ਜੀਆਂ ਤਕਨਾਲਜੀਆਂ ਕੀਤੀਆਂ ਕਿ ਜਿਹੜਾ ਟਿੱਬਿਆਂ ਦੇ ਵਿੱਚ ਪਾਈਪਾਂ ਪਾ ਪਾ ਕੇ ਕੱਲੇ ਕੱਲੇ ਦਰਖਤ ਨੂੰ ਪਾਣੀ ਪਹੁੰਚਾ ਕੇ ਇਹੋ ਜੇ ਜੰਗਲ ਬਣਾਏ ਜਿਨ੍ਹਾਂ ਨੂੰ ਆਗ ਨਹੀਂ ਲੱਗ ਸਕਦੀ ਕਿਉਂ ਕਿਉਂਕਿ ਉਹਨਾਂ ਨੂੰ ਪਤਾ ਸੀਗਾ ਕਿ ਜੇ ਅਸੀਂ ਲੰਬੇ ਸਮੇਂ ਦੀ ਤਰੱਕੀ ਕਰਨੀ ਹੈ ਤਾਂ ਸਾਨੂੰ ਜਿਹੜਾ ਹੈਗਾ ਇੱਥੇ ਰਹਿਣ ਜੋ ਵਾਤਾਵਰਣ ਬਣਾਉਣਾ ਪੈਣਾ ਮੰਨ ਲਓ ਕਿ ਰੁੱਖਾਂ ਬਿਨਾ ਜ਼ਿੰਦਗੀ ਨਹੀਂ ਤੇ ਆਹ ਦੇਖ ਲਓ ਅੱਜ ਉਹ ਰੇਗਿਸਤਾਨ ਆ ਜਿਹੜਾ ਤੁਸੀਂ ਹਜ਼ਾਰਾਂ ਏਕੜਾਂ ਦੇ ਵਿੱਚ ਇਕੱਠੇ ਜੰਗਲ ਲਾਏ ਹੋਇਆ ਤੇ ਦਰਖਤ ਸਿੱਧੇ ਨੰਮ ਮੈਕਮਾਂ ਵੀ ਦਾਦਾ ਸਾਲ ਦੇ ਪੱਟ ਕੇ ਦੁਨੀਆ ਤੋਂ ਲਿਆ ਕੇ ਇੱਥੇ ਇਹਨਾਂ ਨੇ ਲਾਏ ਕਾਰਨ ਕਿਉਂਕਿ ਇਹਨਾਂ ਨੂੰ ਪਤਾ ਸੀਗਾ ਕਿ ਵਾਤਾਵਰਣ ਚੀਜ਼ ਆ ਤੇ ਅਸੀਂ ਕੀ ਕਰ ਰਹੇ ਹਾਂ ਅਸੀਂ ਨਿਮਾਣ ਨੂੰ ਪਟਕੇ ਅਸੀਂ ਰੁੱਖਾਂ ਨੂੰ ਪਟਕੇ ਅਸੀਂ ਪਾਣੀਆਂ ਨੂੰ ਦੂਸ਼ਤ ਕਰਕੇ ਅਸੀਂ ਥੋੜੇ ਜੇ ਪੈਸੇ ਪਿੱਛੇ ਆਪਦੀਆਂ ਆਉਣ ਵਾਲੀਆਂ ਨਸਲਾਂ ਦਾ ਗਲਾ ਘੋਟ ਰਹੇ ਹਾਂ ਤੇ ਆ ਸ਼ੇਖਾਂ ਦੀ ਤਰੱਕੀ ਦੇਖੋ ਸ਼ੇਖਾਂ ਨੇ ਇਹਦੇ ਵਿੱਚ ਹੀ ਮਹਿਲ ਬਣਾਏ ਇਹਦੇ ਵਿੱਚ ਹੀ ਜੰਗਲ ਲਾਇਆ ਤੇ ਅੱਜ ਦੁਨੀਆ ਦੇ ਵੱਡੇ ਤੋਂ ਵੱਡੇ ਘਰਾਣੇ ਕੌਣ ਆਲੇ ਇੱਥੇ ਆ ਕੇ ਫਲਾਈਟਾਂ 'ਚ ਰਹਿੰਦੇ ਆ ਵੀ ਆਰ ਦੁਬਈ ਰਹਿਣਾ ਕਿਉਂਕਿ ਸੇਫ ਹੈ ਤੇ ਆਉਣ ਵਾਲੇ ਸਮੇਂ ਦੇ ਵਿੱਚ ਇਹਨਾਂ ਦੇ ਵਿੱਚ ਜ਼ਿੰਦਗੀ ਸਰਵਾਈਵ ਕਰਨੀ ਸੌਖੀ ਹੋਊਗੀ ਤਾਪਮਾਨ ਅੱਜ ਇੰਡੀਆ ਤੋਂ ਘੱਟ ਆ ਦੁਬਈ ਦਾ ਤੇ ਸਾਡੇ ਹਾਲ ਦੇਖ ਲਓ ਬਈ